ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ, ਅਤੇ ਜਿਹੜੀ ਅੱਜ ਵਾਲੀ ਵੀਡੀਓ ਆ ਉਹ ਹੈਗੀ ਹੈ ਮੇਰੀ ਬੇਟੀ ਜਸਨੀਤ ਕੌਰ, ਹੈ ਨਾ। ਮੈਂ ਆਪਣੀ ਜਿਹੜੀ ਬੇਟੀ ਆ ਇੱਕ ਖੋਈ ਆ, ਅਤੇ ਮੈਂ ਦੇਖੂੰ ਜੇ ਮੇਰੇ ਤੋਂ ਪੂਰੀ ਵੀਡੀਓ ਬਣੀ ਹੈ ਨਾ, ਤਾਂ ਮੈਂ ਅੱਜ ਤੁਹਾਨੂੰ ਜਿਹੜੀ ਆਪਣੀ ਬੇਟੀ ਬਾਰੇ ਸਾਰੀ ਗੱਲਬਾਤ ਦੱਸੂ। ਪਰ ਪਹਿਲਾਂ ਵੀ ਮੈਂ ਕਈ ਵਾਰ ਹੈ ਨਾ ਵੀਡੀਓ ਬਣਾਉਣ ਦੀ ਸੋਚੀ ਤਾਂ ਹੈਗੀ ਆ ਵੀ ਮੈਂ ਤੁਹਾਨੂੰ ਦੱਸਾਂ ਹੈ ਨਾ ਆਪਣੀ ਬੇਟੀ ਬਾਰੇ, ਅਤੇ ਪਰ ਮੈਥੋਂ ਵੀਡੀਓ ਪੂਰੀ ਨਹੀਂ ਬਣ ਪਾਉਂਦੀ ਹੈਗੀ, ਵੀਡੀਓ ਮੈਥੋਂ ਵਿੱਚ ਹੀ ਰਹਿ ਜਾਂਦੀ ਆ। ਅਤੇ ਅੱਜ ਮੈਂ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਮੈਂ ਤੁਹਾਨੂੰ ਜਸਨੀਤ ਬਾਰੇ ਦੱਸਦੀ ਹਾਂ, ਅਤੇ ਜਸਨੀਤ ਨੇ ਕਿਵੇਂ ਦੁਬਾਰਾ ਜਨਮ ਲਿਆ, ਕਿਵੇਂ ਜਸਨੀਤ ਮੈਨੂੰ ਮਿਲੀ। ਅਤੇ ਮੈਂ ਚਲੋ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹਾਂ, ਹੈ ਨਾ। ਮੈਂ ਆਪਣਾ ਜਿਹੜਾ ਮਨ ਉਹ ਕਰਕੇ ਤੁਹਾਨੂੰ ਸਾਰੀ ਸਟੋਰੀ ਦੱਸਣ ਦੀ ਕੋਸ਼ਿਸ਼ ਕਰਦੀ ਹਾਂ ਜੇ ਮੇਰੇ ਤੋਂ ਪੂਰੀ ਦੱਸੀ ਗਈ, ਹੈ ਨਾ। ਅਤੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਮੈਂ ਪਹਿਲਾਂ ਆਪਣੀ ਜਿਹੜੀ ਬੇਟੀ ਸੀਗੀ, ਮੇਰੇ ਦੋ ਬੇਟੀਆਂ ਨੇ, ਇੱਕ ਰਵਨੀਤ ਇੱਕ ਜਸਨੀਤ, ਹੈ ਨਾ। ਅਤੇ ਜਿਹੜੀ ਮੇਰੀ ਛੋਟੀ ਬੇਟੀ ਜਸਨੀਤ ਸੀ ਪਹਿਲਾਂ, ਹੈ ਨਾ, ਮੈਂ ਜਿਹੜੀ ਆਪਣੀ ਬੇਟੀ ਜਸਨੀਤ ਸੀ, ਹੈ ਨਾ, ਮੈਂ ਉਹ ਇੱਕ ਵਾਰ ਮੇਰੀ ਬੇਟੀ ਮੇਰੇ ਤੋਂ ਖੋ ਗਈ ਸੀ, ਹੈ ਨਾ, ਅਤੇ ਇਹ ਮੈਨੂੰ ਦੁਬਾਰਾ ਮਿਲੀ ਆ, ਹੈ ਨਾ। ਮੈਂ ਅੱਜ ਸਾਰੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ, ਅਤੇ ਵੀ ਮੇਰੀ ਬੇਟੀ ਮੈਨੂੰ ਦੁਬਾਰਾ ਕਿਸ ਤਰ੍ਹਾਂ ਮਿਲੀ, ਹੈ ਨਾ, ਕਿਵੇਂ ਮੇਰੀ ਬੇਟੀ ਸਾਡੇ ਤੋਂ ਖੋ ਗਈ ਸੀ, ਹੈ ਨਾ। ਅਤੇ ਮੈਂ ਪਹਿਲਾਂ ਵੀ ਕਈ ਵਾਰ ਸੋਚਿਆ ਸੀ ਮੈਂ ਤੁਹਾਨੂੰ ਦੱਸਾਂ, ਹੈ ਨਾ, ਮੈਂ ਵੀਡੀਓ ਸ਼ੁਰੂ ਵੀ ਕਰ ਲੈਂਦੀ ਸੀ ਪਰ ਕਦੇ ਵੀ ਮੈਥੋਂ ਵੀਡੀਓ ਦਾ ਐਂਡ ਨਹੀਂ ਹੋਇਆ। ਅਤੇ ਅੱਜ ਮੈਂ ਪੂਰੀ ਕੋਸ਼ਿਸ਼ ਕਰੀ ਆ, ਅਤੇ ਵੀ ਮੈਂ ਸਾਰੀ ਵੀਡੀਓ, ਇੱਕ ਫਿਰ ਮੈਨੂੰ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ। ਹੁਣ ਅੱਜ ਹੈਗਾ ਦੁਪਹਿਰ ਦਾ ਟਾਈਮ, 1 ਵੱਜ ਚੁੱਕਿਆ, ਅਤੇ ਸਾਰੇ ਸੌਂ ਗਏ, ਅਤੇ ਹੁਣ ਮੈਂ ਇਹ ਵੀਡੀਓ ਬਣਾ ਰਹੀ ਹਾਂ, ਮੈਂ ਤੁਹਾਨੂੰ ਸਾਰਾ ਦੱਸੂੰਗੀ, ਹੈ ਨਾ। ਆਹ ਦੇਖੋ ਜੀ, ਬੈਸਟ ਹੈ ਜਸਨੀਤ ਮੈਨੂੰ ਦੁਬਾਰਾ ਵਾਪਸ ਮਿਲ ਚੁੱਕੀ, ਹੈ ਨਾ। ਅਤੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਮੈਂ ਕਿਵੇਂ ਜਿਹੜੀ ਆਪਣੀ ਬੇਟੀ ਖੋ ਲਈ ਸੀਗੀ, ਹੈ ਨਾ। ਮਤਲਬ ਮੇਰੀ ਬੇਟੀ ਪਤਾ ਕੀ ਹੈ ਨਾ, ਰਾਤ ਬਿਮਾਰ ਹੁੰਦੀ ਹੈ ਜੀ, ਦਿਨੇ ਮਤਲਬ 12 ਕੁ ਵਜੇ ਬਿਮਾਰ ਹੋ ਗਈ ਸੀਗੀ ਇੱਕ ਦਿਨ। ਅਤੇ ਇਹਦੇ ਪਾਪਾ ਘਰ ਨਹੀਂ ਸੀ ਹੈਗੇ, ਹੈ ਨਾ, ਅਸੀਂ ਪਿੰਡ ਵਾਲੇ ਡਾਕਟਰ ਨੂੰ ਬੁਲਾਇਆ ਨਾ, ਉਹ ਕਹਿੰਦੇ ਵੀ ਐਡੀ ਕੋਈ ਖਾਸ ਗੱਲ ਨਹੀਂ, ਵੀ ਠੀਕ ਹੋ ਜੂ। ਅਤੇ ਉਸ ਤੋਂ ਬਾਅਦ ਮੇਰੇ ਪਾਪਾ ਨੂੰ ਫੋਨ ਕਰਤਾ, ਮੈਂ ਕਿਹਾ ਵੀ ਜਸਨੀਤ ਥੋੜ੍ਹੀ ਜਿਹੀ ਬਿਮਾਰ ਲੱਗਦੀ ਆ। ਅਤੇ ਉਹਦੇ ਪਾਪਾ ਆ ਗਏ ਵਾਪਸ, ਹੈ ਨਾ। ਜਦ ਆਏ ਅਸੀਂ ਉਹਨੂੰ ਸਾਡੇ ਨੇੜੇ ਨਾ ਸ਼ੇਰਪੁਰ, ਅਤੇ ਅਸੀਂ ਉਹਨੂੰ ਉੱਥੇ ਦਿਖਾਉਣ ਵਾਸਤੇ ਲੈ ਗਏ। ਅਤੇ ਮੈਂ ਮੇਰੀ ਮੰਮੀ ਨੂੰ ਵੀ, ਪਿੰਡ ਵਾਲੀ ਨੂੰ, ਵੈਸੇ ਮੇਰੀ ਮੰਮੀ ਕਹਿੰਦੀ ਸੀ ਵੀ ਮੈਂ, ਸਾਡੀ ਫੋਨ 'ਤੇ ਗੱਲ ਹੋਈ, ਉਹ ਕਹਿੰਦੇ ਵੀ ਮੇਰਾ ਵੀ ਅੱਜ ਜੀ ਜਾ ਨਹੀਂ ਲੱਗਦਾ, ਪਤਾ ਨਹੀਂ ਕਿਉਂ, ਹੈ ਨਾ। ਅਤੇ ਅਸੀਂ ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਚੱਲ ਸਾਡੇ ਕੋਲ ਆ ਜਾਓ, ਜਸਨੀਤ ਵੀ ਥੋੜ੍ਹੀ ਜਿਹੀ ਬਿਮਾਰ ਆ, ਵੀ ਉੱਦਾਂ ਦਾ ਠੀਕ ਆ। ਅਤੇ ਅਸੀਂ ਹੁਸ਼ਿਆਰਪੁਰ ਦਿਖਾਏ ਆਏ, ਹੁਸ਼ਿਆਰਪੁਰ ਵਾਲਾ ਡਾਕਟਰ ਕਹਿੰਦਾ ਵੀ ਕੋਈ ਐਡੀ ਗੱਲ ਨਹੀਂ, ਥੋੜ੍ਹੀ ਮੋਟੀ ਇਨਫੈਕਸ਼ਨ ਆ, ਵੀ ਹੋ ਜੂਗੀ ਠੀਕ, ਹੈ ਨਾ। ਅਤੇ ਅਸੀਂ ਆ ਕੇ ਘਰ, ਹੈ ਨਾ, ਰੋਟੀ ਰੁਟੀ ਬਣਾਈ, ਰੋਟੀ ਖਾਧੀ, ਅਤੇ ਰਾਤ ਨੂੰ ਅਸੀਂ ਰੋਟੀ ਖਾ ਕੇ, ਮੇਰਾ ਪਤਾ ਨਹੀਂ ਕਿਉਂ ਮਨ ਜਾ ਕਾਫੀ ਜ਼ਿਆਦਾ ਹੋ ਜਾਵੇ, ਅਤੇ ਹੈ ਨਾ ਪੈ ਗਏ ਅਸੀਂ ਰੋਟੀ ਖਾ ਕੇ। ਰਾਤ ਨੂੰ ਉਹਦੀ ਕੰਡੀਸ਼ਨ ਥੋੜ੍ਹੀ ਜਿਹੀ ਸਾਨੂੰ ਜ਼ਿਆਦਾ ਹੀ ਡਾਉਣ ਲੱਗੀ, ਅਸੀਂ ਸ਼ੇਰਪੁਰ ਵਾਲੇ ਡਾਕਟਰ ਨੂੰ ਜਦ ਫੋਨ ਲਾਇਆ, ਉਹ ਕਹਿੰਦਾ ਕਿ ਨਹੀਂ ਠੀਕ ਹੋ ਜੂ, ਵੀ ਐਡੀ ਵੀ ਗੱਲ ਨਹੀਂ ਹੈਗੀ। ਪਰ ਫਿਰ ਵੀ ਸਾਡਾ ਮਨ ਨਹੀਂ ਖੜਿਆ, ਹੈ ਨਾ। ਰਾਤ ਦੇ 1:30 ਵਜੇ ਦਾ ਟਾਈਮ ਸੀਗਾ, ਮੈਂ ਅਤੇ ਸੰਦੀਪ ਨੇ ਅਸੀਂ ਸਲਾਹ ਕਰੀ, ਅਸੀਂ ਕਿਹਾ ਵੀ ਜਸਨੀਤ ਔਖੀ ਲੱਗਦੀ ਆ, ਕਹਿੰਦੇ ਵੀ ਹੁਣ ਆਪਦੀ ਗੱਡੀ 'ਚ ਤਾਂ ਜਾਣ ਦਾ ਟਾਈਮ ਹੈ ਨਹੀਂ, ਵੀ 1:30 ਵਜਿਆ ਹੋਇਆ ਰਾਤ ਦਾ। ਅਤੇ ਇਹਨਾਂ ਨੇ, ਸੰਦੀਪ ਨੇ ਐਂਬੂਲੈਂਸ ਬੁਲਾ ਲਈ, ਹੈ ਨਾ, ਐਂਬੂਲੈਂਸ ਨੂੰ ਫੋਨ ਕਰਤਾ, ਅਤੇ 2 ਕੁ ਵਜੇ ਤੱਕ ਐਂਬੂਲੈਂਸ ਜਿਹੜੀ ਆ ਗਈ, ਅਤੇ ਅਸੀਂ ਜਸਨੀਤ ਨੂੰ ਲੈ ਕੇ ਚਲੇ ਗਏ ਜੀ। ਅਤੇ ਰਾਤ ਨੂੰ, ਹੈ ਨਾ, ਮਤਲਬ ਅਸੀਂ
ਕੋਈ ਵੀ ਹੋਸਪਿਟਲ ਨਹੀਂ ਸੀਗਾ ਖੁੱਲ੍ਹਾ, ਮਤਲਬ ਖੁੱਲ੍ਹੇ ਤਾਂ ਹੈਗੇ ਸੀ ਜੀ ਬੱਚੇ ਵਾਲੇ ਹੋਸਪਿਟਲ, ਪਰ ਡਾਕਟਰ ਨਹੀਂ ਸੀ ਹੈਗੇ ਉੱਥੇ ਡਿਊਟੀ 'ਤੇ, ਅਤੇ ਉਹਨਾਂ ਦਾ ਸਟਾਫ ਹੀ ਸੀਗਾ। ਅਤੇ ਅਸੀਂ ਇੱਕ ਹੋਸਪਿਟਲ ਗਏ ਹੈ ਨਾ, ਫਿਰ ਅਸੀਂ ਦੂਸਰੇ ਹੋਸਪਿਟਲ ਗਏ ਹੈ ਨਾ। ਸਾਨੂੰ ਇਹ ਸੀਗਾ ਵੀ ਜਿੱਥੇ ਡਾਕਟਰ ਹੋਵੇ ਅਸੀਂ ਉੱਥੇ ਐਡਮਿਟ ਕਰਾਈਏ। ਫਿਰ ਅਸੀਂ ਦੋਨੇ ਜਾਣੇ ਹੈ ਨਾ, ਸਾਡੇ ਕੋਲ ਜਸਨੀਤ ਦਾ ਸਮਾਨ ਚੱਕਿਆ ਹੋਇਆ, ਅਤੇ ਮੰਮੀ ਨੂੰ ਅਸੀਂ ਘਰ ਛੱਡ ਗਏ ਸੀਗੇ ਕਿਉਂਕਿ ਰਵਨੀਤ ਇਕੱਲੀ ਸੀਗੀ ਘਰ। ਅਸੀਂ ਕਿਹਾ ਵੀ ਤੁਸੀਂ ਘਰ ਰਹੋ, ਕੋਈ ਗੱਲ ਨਹੀਂ, ਵੀ ਅਸੀਂ ਇਹਨੂੰ ਦਿਖਾ ਆਉਂਦੇ, ਅਸੀਂ ਮਨ ਜਾਪਦਾ ਉਹ ਕਰਕੇ। ਵੈਸੇ ਸਾਨੂੰ ਐਡੀ ਵੀ ਗੱਲ ਨਹੀਂ ਸੀ ਹੈਗੀ, ਅਤੇ ਅਸੀਂ ਉਹਨੂੰ ਦਿਖਾਉਣ ਚਲੇ ਗਏ। ਉਸ ਤੋਂ ਬਾਅਦ ਹੈ ਨਾ, ਮਤਲਬ ਉੱਥੇ ਐਡਮਿਟ ਕਰ ਲਿਆ ਅਸੀਂ ਉਹਨੂੰ, 2 ਦਿਨ ਉਹਦਾ ਇਲਾਜ ਚੱਲਿਆ। ਅਤੇ ਵੈਸੇ ਤਾਂ ਉਹ ਠੀਕ ਹੁੰਦੀ ਸੀ ਨਾ, ਫਰਕ ਪੈਂਦਾ ਜਾਂਦਾ ਸੀਗਾ। ਅਤੇ ਫਿਰ ਪਤਾ ਨਹੀਂ ਕੀ ਹੋਇਆ, 3ਜੇ ਦਿਨ ਸਵੇਰੇ ਜਾਣੀ ਉਹ ਮਤਲਬ ਕਾਫੀ ਜ਼ਿਆਦਾ ਕੰਡੀਸ਼ਨ ਡਾਕਟਰ ਨੂੰ ਇੱਦਾਂ ਲੱਗੀ, ਉਹ ਕਹਿੰਦੇ ਵੀ ਤੁਸੀਂ ਇਹਨੂੰ ਕਿਸੇ ਹੋਰ ਹੋਸਪਿਟਲ 'ਚ ਲੈ ਜਾਓ, ਵੀ ਚਾਹੇ PGI ਲੈ ਜਾਓ, ਚਾਹੇ ਕਿਤੇ ਹੈ ਨਾ ਵੀ ਕੋਈ ਲੁਧਿਆਣੇ ਦੇ ਕਿਸੇ ਹੋਸਪਿਟਲ 'ਚ ਲੈ ਜਾਓ ਜੀ। ਸੰਗਰੂਰ ਤੋਂ ਉਹਨਾਂ ਨੇ ਸਾਨੂੰ ਸਵੇਰੇ ਮਤਲਬ ਕਹਿਤਾ। ਅਤੇ ਅਸੀਂ ਉਸ ਤੋਂ ਬਾਅਦ ਹੈ ਨਾ, ਸੰਦੀਪ ਕਹਿੰਦੇ ਵੀ ਚਲੋ PGI ਲੈ ਜਾਂਦੇ ਹਾਂ ਅਸੀਂ। ਅਤੇ ਸਾਨੂੰ ਇਹ ਸੀ ਅਸੀਂ ਰਸਤੇ 'ਚ ਹੈ ਨਾ ਪਟਿਆਲੇ, ਮਤਲਬ ਵੀ ਚਲੋ ਪਟਿਆਲੇ ਦਿਖਾ ਲੈਂਦੇ ਹਾਂ। ਅਤੇ ਪਟਿਆਲੇ ਅਸੀਂ ਇੱਕ ਹੋਸਪਿਟਲ 'ਚ ਰੁਕੇ ਜੀ ਹੈ ਨਾ। ਉੱਥੇ ਮਤਲਬ ਉਹਨਾਂ ਨੇ ਅੰਦਰ ਲੈ ਗਏ ਬੇਟੀ ਨੂੰ ਹੈ ਨਾ, ਸਾਰੇ ਕੱਪੜੇ ਉਤਾਰਤੇ ਜੀ, ਉਤਾਰ ਕੇ ਬਸ ਵੀ ਅੰਦਰ ਰੱਖ ਲਈ। ਸਾਨੂੰ ਕਹਿੰਦੇ ਤੁਸੀਂ ਬਾਹਰ ਬਹਿ ਜਾਓ, ਸਾਡਾ ਮਨ ਨਹੀਂ ਖੜਿਆ। ਅਸੀਂ ਕਿਹਾ ਵੀ ਨਹੀਂ, ਵੀ ਇਸ ਤਰ੍ਹਾਂ ਕਿਸ ਤਰ੍ਹਾਂ, ਉੱਥੇ ਕੋਈ ਡਾਕਟਰ ਵੀ ਨਹੀਂ ਸੀਗੇ, ਨਰਸ ਹੀ ਸੀ, ਅਤੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਮਤਲਬ ਬੇਟੀ ਸਾਨੂੰ ਇੱਕ ਜਾਣੇ ਨੂੰ ਤਾਂ ਕੋਲ ਰਹਿਣ ਦਿਓ, ਉਹ ਦਿਖਾਓ ਜੀ ਹੈ ਨਾ। ਵੀ ਅਸੀਂ ਕਿਹਾ ਵੀ ਸਾਡਾ ਨਹੀਂ ਮਨ ਖੜਦਾ, ਸਾਡੀ ਬੇਟੀ ਵਾਪਸ ਦੇ ਦਿਓ, ਅਤੇ ਵੀ ਅਸੀਂ PGI ਲੈ ਜਾਵਾਂਗੇ ਜੀ। ਜਦੋਂ ਅਸੀਂ ਉਹਨਾਂ ਤੋਂ ਬੇਟੀ ਲਈ ਹੈ ਨਾ, ਉਹਦੇ ਇਕੱਲਾ ਡੈਪਰ ਅਤੇ ਬਸ ਟੋਵਲ 'ਚ ਲਪੇਟੀ ਹੋਈ, ਅਸੀਂ ਸਾਰ ਤੋਂ ਕੱਪੜੇ ਵੀ ਨਾ ਪਾਏ ਗਏ। ਮੇਰੀ ਬੇਟੀ ਮਤਲਬ ਮੇਰੇ ਕੰਨੀ ਹੈ ਨਾ, ਮੈਨੂੰ ਹਜੇ ਵੀ ਉਹਦੀਆਂ ਨਜ਼ਰਾਂ ਯਾਦ ਨੇ ਹੈ ਨਾ, ਵੀ ਕਿਸ ਤਰ੍ਹਾਂ ਨਾਲ ਮੇਰੇ ਕੰਨੀ ਤਰਸ ਭਰੀਆਂ ਨਜ਼ਰਾਂ ਨਾਲ ਦੇਖਦੀ ਸੀ ਜੀ। 2 ਮਹੀਨਿਆਂ ਦੀ ਵੀ ਸੀ ਉਹ। ਅਤੇ ਉਸ ਤੋਂ ਬਾਅਦ ਹੈ ਨਾ, ਅਸੀਂ PGI ਲੈ ਗਏ ਜੀ ਉਹਨੂੰ। PGI ਮਤਲਬ ਐਡਮਿਟ ਹੋ ਗਈ, ਉੱਥੇ ਜਾ ਕੇ ਸਾਡਾ ਮਨ ਬਿਲਕੁਲ ਖੜ ਗਿਆ ਸੀ। ਸਾਨੂੰ ਇਹ ਸੀਗਾ ਵੀ ਹੁਣ ਉਹ ਠੀਕ ਹੋ ਜੂਗੀ, ਅਤੇ ਵੀ ਹੁਣ ਉਹਨੂੰ ਕੁਛ ਨਹੀਂ ਹੁੰਦਾ ਹੈ ਨਾ। ਮੈਂ ਸਾਰਿਆਂ ਨੂੰ ਫੋਨ ਕਰਤੇ, ਮੇਰੀ ਮੰਮੀ ਹੁਣੀ ਘਰ ਸੀ ਜਿਹੜੇ, ਬਹੁਤ ਜ਼ਿਆਦਾ ਟੈਨਸ਼ਨ ਸਾਰਿਆਂ ਨੂੰ ਹੈਗੀ ਸੀ ਜੀ ਪਿੱਛੇ। ਅਤੇ ਅਸੀਂ ਫੋਨ ਕਰਤੇ, ਅਸੀਂ ਜਿਹੜੇ ਸਾਡੇ ਨਾਲ ਗਏ ਸੀ ਮਤਲਬ ਸਾਡੇ ਰਿਸ਼ਤੇਦਾਰ, ਅਤੇ ਅਸੀਂ ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਘਰ ਚਲੇ ਜਾਓ। ਅਸੀਂ ਮਤਲਬ ਮੈਂ, ਮੇਰੇ ਹਸਬੈਂਡ, ਮੇਰੀ ਨੰਦ, ਅਸੀਂ 3 ਜਣੇ ਉਹਦੇ ਕੋਲ ਰਹੇ। ਅਸੀਂ ਕਿਹਾ ਵੀ ਇਹ ਠੀਕ ਹੋ ਜੂਗੀ, ਵੀ ਬਸ ਅਸੀਂ ਫੋਨ ਵੀ ਕਰਤੇ ਵੀ ਹੁਣ ਵਧੀਆ ਥਾਵੇਂ ਆ ਗਏ। ਉੱਥੇ ਬਹੁਤ ਜ਼ਿਆਦਾ ਬੱਚੇ ਸੀ, ਸਾਨੂੰ ਐਂ ਸੀ ਵੀ ਸਾਡੀ ਜਿਹੜੀ ਇੰਨੀ ਜ਼ਿਆਦਾ ਕੋਈ ਪ੍ਰੋਬਲਮ ਵੀ ਨਹੀਂ ਹੈਗੀ, ਅਤੇ ਵੀ ਜਸਨੀਤ ਨੇ ਠੀਕ ਹੋ ਜਾਣਾ। ਅਤੇ ਅਸੀਂ ਉਹਨੂੰ ਐਡਮਿਟ ਕਰ ਲਿਆ ਜੀ ਉੱਥੇ। ਉੱਥੇ ਮੈਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਲੱਗਦਾ। ਅਤੇ ਸ਼ਾਮ ਜੇ ਨੂੰ ਹੈ ਨਾ, ਸੰਦੀਪ ਕਹਿੰਦੇ ਵੀ ਚਲੋ ਵੀ ਰੋਟੀ ਖਾ ਲਓ ਬਾਰੀ ਨਾਲ, ਸਾਰੇ ਖਾ ਲਓ ਹੈ ਨਾ। ਅਤੇ ਇਸ ਤਰ੍ਹਾਂ ਕਰਕੇ ਨਾ ਅਸੀਂ ਦੋਨੋਂ ਜਣੇ ਚਲੇ ਗਏ। ਕਹਿੰਦੇ ਪਹਿਲਾਂ ਚੱਲ ਮੈਂ ਤੈਨੂੰ ਖਵਾ ਲੈਣਾ, ਫਿਰ ਮਤਲਬ ਵੀ ਜਿਹੜੀ ਮੇਰੀ ਸਿਸਟਰ ਲਾਸ ਸੀ ਵੀ ਫਿਰ ਮੈਂ ਉਹਨਾਂ ਨੂੰ ਲੈ ਜੂੰਗਾ ਅਤੇ ਰੋਟੀ ਖਵਾ ਲਿਆਉਂਗਾ। ਅਤੇ ਜਦ ਨੂੰ ਅਸੀਂ ਵਾਪਸ ਆਏ ਜੀ ਉੱਥੇ, ਮਤਲਬ ਮੈਨੂੰ ਜਸਨੀਤ ਦੀ ਜਿਹੜੀ ਕੰਡੀਸ਼ਨ ਸੀਗੀ ਠੀਕ ਨਹੀਂ ਸੀ ਲੱਗੀ। ਅਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਨਹੀਂ ਠੀਕ ਆ, ਠੀਕ ਆ, ਠੀਕ ਆ ਜੀ। ਮੇਰੀ ਬੇਟੀ ਨੂੰ ਪਤਾ ਨਹੀਂ ਕੀ ਹੋਇਆ ਕੀ ਨਾ, ਬਸ ਸ਼ਾਮ ਦਾ ਟਾਈਮ ਸੀ ਜੀ, ਸ਼ਾਮ ਦੇ 5 ਵਜੇ ਦਾ ਟਾਈਮ ਸੀਗਾ। ਅਤੇ ਸੰਦੀਪ ਕਹਿੰਦੇ ਵੀ ਠੀਕ ਆ। ਅਤੇ ਅਸੀਂ 3 ਜਣੇ ਸੀ ਜੀ ਨਾਲ, ਅਸੀਂ ਬਾਕੀ ਸਾਰੇ ਵਾਪਸ ਕਰਦੇ ਸੀਗੇ ਘਰ ਨੂੰ। ਅਤੇ
ਮੈਂ ਕਿਹਾ ਮੈਂ ਵਿੰਡੋ ਵਿੱਚ ਦੀ ਦੇਖਦੀ ਸੀ, ਮੈਂ ਕਿਹਾ ਜਸਨੀਤ ਉੱਥੇ ਤਾਂ ਹੈ ਨਹੀਂ। ਕਹਿੰਦੇ ਵੀ ਉਹ ਉੱਧਰ ਐਡਮਿਟ ਕਰਾਤੀ, ਹੋਰ ਵੱਡੇ ਵਾਰਡ 'ਚ ਲੈ ਗਏ ਉਹਨੂੰ, ਅਤੇ ਪਰ ਮੇਰੀ ਬੇਟੀ ਨਹੀਂ ਸੀ ਹੈਗੀ ਜੀ। ਫਿਰ ਅਸੀਂ ਸਾਰੀ ਰਾਤ ਉਸ ਤਰ੍ਹਾਂ ਹੀ ਉੱਥੇ PGI 'ਚ ਮਤਲਬ ਬਾਹਰ ਰਹੇ, ਅਤੇ ਮੈਂ ਇਹਨਾਂ ਨੂੰ ਵਾਰ ਵਾਰ ਰਾਤ ਨੂੰ ਪੁੱਛਦੀ ਰਹੀ, ਮੈਂ ਕਿਹਾ ਜਸਨੀਤ, ਕਹਿੰਦੇ ਜਸਨੀਤ ਉੱਥੇ ਜਾਣ ਨਹੀਂ ਦਿੰਦੇ ਕਿਸੇ ਨੂੰ ਵੀ, ਜਸਨੀਤ ਉੱਥੇ ਐਡਮਿਟ ਆ, ਕੋਈ ਨਾ ਸਵੇਰੇ ਤੈਨੂੰ ਮਿਲਾਵਾਂਗੇ। ਅਤੇ ਸਵੇਰੇ ਜੀ ਮੈਨੂੰ ਸਵੇਰੇ ਸੰਦੀਪ ਨੇ ਐਂਬੂਲੈਂਸ ਕਰੀ ਹੈ ਨਾ, ਅਤੇ ਵਿਚਾਰਿਆਂ ਨੇ ਇਹਨਾਂ ਨੇ ਵੀ ਮਨ ਘੇੜਾ ਕਰਕੇ, ਅਸੀਂ ਤਿੰਨੋਂ ਜਾਣੀ ਤਿੰਨੋਂ ਹੀ ਅਸੀਂ ਇੱਕੋ ਜਿਹੇ ਹੈ ਨਾ, ਅਸੀਂ ਇੱਕ ਦੂਜੇ ਤੋਂ ਚੋਰੀ ਚੋਰੀ ਮਤਲਬ ਰੋਈਏ, ਕਿਉਂਕਿ ਮੈਨੂੰ ਵੀ ਇਹ ਸੀ ਜੇ ਮੈਂ ਜ਼ਿਆਦਾ ਮਨ ਛੱਡੂੰਗੀ ਵੀ ਇਹ ਵੀ ਵਿਚਾਰੇ ਕੀ ਕਰਨਗੇ ਹੈ ਨਾ, ਦੋਨੇ ਭੈਣ ਭਾਈ ਵੀ ਇਹ ਵੀ ਨਹੀਂ ਮੈਨੂੰ ਸੰਭਾਲ ਸਕਣਾ, ਮੈਂ ਵੀ ਆਪਦੇ ਮਨ ਨੂੰ ਮਤਲਬ ਸਹੀ ਕਰਕੇ ਰੱਖਦੀ ਸੀ। ਅਤੇ ਉਸ ਤੋਂ ਬਾਅਦ ਜੀ ਸਾਨੂੰ ਮਤਲਬ ਸਵੇਰੇ ਪਤਾ ਲੱਗਿਆ ਜੀ ਮੈਨੂੰ ਇਸ ਗੱਲ ਦਾ, ਅਤੇ ਵੈਸੇ ਰਾਤ ਨੂੰ ਮੈਨੂੰ ਲੱਗੀ ਤਾਂ ਜਾਂਦਾ ਸੀ, ਪਰ ਫਿਰ ਵੀ ਮੇਰਾ ਮਨ ਕਹਿ ਦਿੰਦਾ ਸੀ ਵੀ ਨਹੀਂ ਇਹ ਸੱਚ ਨਹੀਂ ਹੈਗਾ, ਅਤੇ ਨਹੀਂ ਸਹੀ ਗੱਲ ਹੈ, ਜਸਨੀਤ ਐਡਮਿਟ ਕਰੀ ਹੋਈ ਆ ਉੱਪਰ ਵਾਰਡ 'ਚ। ਅਤੇ ਜੀ ਸਵੇਰੇ ਸੰਦੀਪ ਨੇ ਇਹ ਵੀ ਵਿਚਾਰੇ ਰੋਂਦੇ ਸੀ ਜੀ, ਬਿਲਕੁਲ ਕਾਂਬਲੇ ਹੋ ਕੇ ਕੰਧਾਂ 'ਚ ਟੱਕਰਾਂ ਮਾਰਦੇ ਸੀ, ਅਤੇ ਅਸੀਂ ਤਿੰਨੇ ਜਾਣੇ ਸਾਡੀ ਬੁਰੀ ਹਾਲਤ ਜੀ। ਮੇਰੀ ਤਾਂ ਬਸ ਮੈਂ ਇੱਕ ਇੰਨੇ ਸਬਰ ਦੀ ਘੁੱਟ ਭਰ ਕੇ ਜੀ ਅਸੀਂ ਉੱਥੋਂ ਵਾਪਸ ਆ ਕੇ ਮੇਰੀ ਬੇਟੀ ਨੂੰ ਲੈ ਕੇ, ਅਤੇ ਮਨ ਇੰਨਾ ਜ਼ਿਆਦਾ ਖਰਾਬ ਵੀ ਅਸੀਂ ਕਿਵੇਂ ਗਏ ਸੀ, ਅਸੀਂ ਕਿਵੇਂ ਵਾਪਸ ਆਏ। ਅਤੇ ਉਸ ਤੋਂ ਬਾਅਦ ਜੀ ਸਾਡਾ ਬੁਰਾ ਹਾਲ ਤਿੰਨਾਂ ਜਾਣਿਆਂ ਦਾ ਮਤਲਬ ਸਾਰਾ ਕੁਛ ਹੋ ਗਿਆ। ਚਲੋ ਰਿਸ਼ਤੇਦਾਰ ਰਹਿੰਦੇ ਰਹੇ ਨਾ, ਇੱਕ ਅੱਧਾ ਦਿਨ ਮੇਰੇ ਮੰਮੀ ਮਤਲਬ 10 ਦਿਨ ਰਹੇ ਸਾਡੇ ਕੋਲ, ਭੋਗ ਤੱਕ ਮੇਰੇ ਮੰਮੀ ਰਹੇ, ਅਤੇ ਚਲੋ ਉਸ ਟਾਈਮ ਲੰਘੀ ਗਿਆ। ਉਸ ਤੋਂ ਬਾਅਦ ਸੰਦੀਪ ਕਹਿੰਦੇ ਰਵਨੀਤ ਦੇ ਰਵਨੀਤ ਮਤਲਬ ਦਸੰਬਰ ਦੀਆਂ ਛੁੱਟੀਆਂ ਸੀ ਜੀ, 28 ਨਵੰਬਰ ਦੀ ਗੱਲ ਸੀ ਇਹ, ਦਸੰਬਰ ਦੀਆਂ ਛੁੱਟੀਆਂ ਆ ਗਈਆਂ। ਸੰਦੀਪ ਕਹਿੰਦੇ ਚਲੋ ਆਪਾਂ ਹਜ਼ੂਰ ਸਾਹਿਬ ਚੱਲਦੇ ਹਾਂ ਹੈ ਨਾ। ਮੈਂ ਇਹਨੂੰ ਕੁਛ ਨਹੀਂ ਸੀ ਪਤਾ ਲੱਗਦਾ ਜੀ, ਮੇਰਾ ਦਿਮਾਗ ਬਿਲਕੁਲ ਸੁੰਨ ਹੋਇਆ ਪਿਆ ਸੀਗਾ, ਅਤੇ ਬਸ ਮੈਨੂੰ ਇਹੀ ਸੀਗਾ ਵੀ ਜਸਨੀਤ ਮੈਨੂੰ ਕਿੱਥੋਂ ਵਾਪਸ ਮਿਲ ਜੇ, ਕਿੱਥੋਂ ਵਾਪਸ ਮਿਲ ਜੇ ਜੀ। ਅਸੀਂ ਹਜ਼ੂਰ ਸਾਹਿਬ ਚਲੇ ਗਏ, ਉੱਥੇ ਅਸੀਂ ਅਰਦਾਸਾਂ ਬੇਨਤੀਆਂ ਕਰਵਾਈਆਂ, ਅਤੇ ਬਾਬਾ ਬਲਵਿੰਦਰ ਸਿੰਘ ਜੀ ਨੂੰ ਵੀ ਅਸੀਂ ਉੱਥੇ, ਉਹ ਕਹਿੰਦੇ ਵੀ ਅਰਦਾਸ ਕਰ ਦਿਓ ਵੀ ਸਭ, ਅਸੀਂ ਕਿਹਾ ਵੀ ਸਾਡੀ ਜਸਨੀਤ ਸਾਨੂੰ ਵਾਪਸ ਮਿਲਣੀ ਚਾਹੀਦੀ ਆ ਹੈ ਨਾ। ਅਸੀਂ ਤਿੰਨੇ ਜਾਣੇ ਮਤਲਬ ਜਿਵੇਂ ਇੱਕ ਕਮਲੇ ਨਹੀਂ ਕਰਦੇ ਹੁੰਦੇ ਹੈ ਨਾ, ਬਸ ਕਮਲਿਆਂ ਵਾਂਗੂ ਅਸੀਂ ਕਰਦੇ ਸੀ, ਅਤੇ ਵੀ ਜਸਨੀਤ ਸਾਨੂੰ ਵਾਪਸ ਮਿਲ ਜੇ, ਜਸਨੀਤ ਸਾਨੂੰ ਵਾਪਸ ਮਿਲ ਜੇ। ਉਹ ਕਹਿੰਦੇ ਵੀ ਤੁਸੀਂ ਅਰਦਾਸ ਕਰ ਦਿੰਦੇ ਹਾਂ ਵੀ ਤੁਸੀਂ ਸਬਰ ਰੱਖਿਓ। ਉਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਮੈਨੂੰ ਆਸ਼ੀਰਵਾਦ ਦਿੱਤਾ, ਕਹਿੰਦੇ ਬੇਟਾ ਸਬਰ ਰੱਖਿਓ ਵੀ ਤੁਹਾਡੀ ਬੇਟੀ ਤੁਹਾਨੂੰ ਮਿਲ ਜੂਗੀ ਹੈ ਨਾ। ਬਸ ਉਸ ਦਿਨ ਤੋਂ ਮੇਰਾ ਮਨ ਪੱਕਾ ਹੋ ਗਿਆ ਸੀ ਵੀ ਜਸਨੀਤ ਮੈਨੂੰ ਮਿਲ ਜੂ, ਅਤੇ ਹਾਲਾਂਕਿ ਵੀ ਅਸੀਂ ਡਾਕਟਰ ਨੂੰ ਵੀ ਮਿਲ ਲਏ ਸੀ। ਉਸ ਤੋਂ ਬਾਅਦ ਵੀ ਅਸੀਂ ਮੈਨੂੰ ਡਾਕਟਰ ਨੇ ਮਨਾ ਕਰਤਾ ਸੀ, ਕਹਿੰਦੇ ਵੀ ਨਹੀਂ ਵੀ ਤੁਹਾਡਾ ਮਤਲਬ ਸਜੇਰੀਅਨ ਹੁਣ ਹੋਇਆ ਹੈ ਨਾ, ਅਤੇ ਵੀ ਨਹੀਂ ਇੱਦਾਂ ਨਹੀਂ ਹੋ ਸਕਦਾ ਹੈਗਾ ਵੀ ਤੀਜਾ ਸਜੇਰੀਅਨ ਇਸ ਤਰ੍ਹਾਂ ਵੀ ਇੰਨੀ ਜਲਦੀ ਹੈ ਨਾ। ਪਰ ਅਸੀਂ ਪਾਗਲ ਹੁੰਦੇ ਹਾਂ ਜਿਵੇਂ ਉਸ ਤਰ੍ਹਾਂ ਸਾਨੂੰ ਜਸਨੀਤ ਦਾ ਸੀ। ਜਦ ਅਸੀਂ ਉੱਥੇ ਵੀ ਹੈ ਨਾ ਸੱਚਖੰਡ ਮੱਥਾ ਟੇਕਣ ਜਾਣਾ ਜੀ, ਉੱਥੇ ਫੋਨ ਅਲਾਊਡ ਨਹੀਂ ਹੈਗਾ, ਮਤਲਬ ਅਸੀਂ ਫੋਨ 'ਤੇ ਜਸਨੀਤ ਦੀ ਆਹ ਵਾਲੀ ਵੀ ਪਿੱਕ ਅਸੀਂ ਲਾ ਲੈਂਦੇ ਸੀਗੇ, ਅਤੇ ਅਸੀਂ ਜਦ ਮੱਥਾ ਟੇਕਦੇ ਸੀ ਅਸੀਂ ਨਾਲ ਇਹਦਾ ਵੀ ਮੱਥਾ ਟਿਕਾਉਂਦੇ ਸੀਗੇ। ਅਤੇ ਰਵਨੀਤ ਵੀ ਇੰਨਾ ਜ਼ਿਆਦਾ ਮਤਲਬ ਕਦੇ ਰਵਨੀਤ ਨੇ ਫੋਨ 'ਤੇ ਪਿੱਕ ਲਾ ਕੇ ਮੱਥਾ ਟਿਕਾਉਣਾ, ਕਦੇ ਮੈਂ ਸੱਚਖੰਡ ਵੀ ਅਸੀਂ ਅਰਦਾਸ ਕਰਦੇ ਜੀ। ਇੱਕ ਦਿਨ ਸੱਚਖੰਡਾਂ ਦੇ ਜਿਹੜੇ ਵੱਡੇ ਬਾਬਾ ਜੀ ਨੇ, ਬਾਬਾ ਕੁਲਵੰਤ ਸਿੰਘ ਜੀ, ਅਸੀਂ ਰਾਤ ਨੂੰ ਹੈ ਨਾ ਉਹਨਾਂ ਨੂੰ ਮਿਲੇ, ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਸਾਡੀ ਬੇਟੀ ਸਾਤੋਂ ਖੋ ਗਈ ਹੈ ਨਾ, ਸਾਨੂੰ ਦੁਬਾਰਾ ਚਾਹੀਦੀ ਆ ਸਾਡੀ ਬੇਟੀ। ਅਤੇ ਬਾਬਾ ਜੀ ਨੇ ਸਾਨੂੰ ਪੁੱਛਿਆ, ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੁਸੀਂ ਸਵੇਰੇ ਅਰਦਾਸ ਕਰਾ ਦਿਓ, ਵੀ ਅਰਦਾਸ ਵੀ ਤੁਸੀਂ ਲਿਖ ਕੇ ਇਹ ਕਰਵਾਉਣਾ ਵੀ ਸਾਡੀ ਮਤਲਬ ਜਸਨੀਤ ਸਾਨੂੰ ਵਾਪਸ ਮਿਲ ਜੇ, ਵੀ ਸਵੇਰੇ 2 ਵਜੇ ਕੇਸੀ ਇਸ਼ਨਾਨ ਕਰਕੇ ਤੁਸੀਂ ਆ ਕੇ ਅਰਦਾਸ ਕਰਾ ਦਿਓ ਹੈ ਨਾ। ਅਸੀਂ ਸਵੇਰੇ ਹੈ ਨਾ ਤਿੰਨੇ ਜਾਣੇ 1 ਵਜੇ ਉੱਠ ਗਏ, ਅਸੀਂ ਕੇਸੀ ਇਸ਼ਨਾਨ ਕਰਕੇ ਮਤਲਬ ਸੱਚਖੰਡ ਆ ਗਏ।
ਉੱਥੇ ਜਿੱਥੇ ਅਰਦਾਸਾਂ ਲਿਖੀਆਂ ਜਾਂਦੀਆਂ ਨੇ ਉੱਥੇ ਅਸੀਂ ਹਨਾ ਕਿਹਾ ਹਨਾ ਵੀ ਮਤਲਬ ਵੀ ਸਾਡੀ ਅਰਦਾਸ ਲਿਖ ਦਿਓ ਵੀ ਸਾਡੀ ਬੇਟੀ ਹਨਾ ਜਸਨੀਤ ਕੌਰ ਮਤਲਬ 1 ਤਰੀਕ ਨੂੰ ਐਂ ਹੋ ਗਈ ਸੀ, ਸਾਨੂੰ ਉਹ ਵਾਪਸ ਮਿਲ ਜਾਣੀ ਚਾਹੀਦੀ ਆ। ਅਤੇ ਉਹ ਅਰਦਾਸ ਲਿਖਣ ਵਾਲਿਆਂ ਨੇ 3 ਬੈਠੇ ਸੀ ਹਨਾ ਅਲੱਗ ਅਲੱਗ ਕਮਰਿਆਂ 'ਚ, ਉਹਨਾਂ ਨੇ ਇੱਕ ਦੂਜੇ ਨਾਲ ਡਿਸਕਸ ਕਰੀ, ਕਹਿੰਦੇ ਵੀ ਇਸ ਤਰ੍ਹਾਂ ਦੀ ਅਰਦਾਸ ਲਿਖੀ ਜਾ ਸਕਦੀ ਆ। ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ, ਸਾਨੂੰ ਬਾਬਾ ਕੁਲਵੰਤ ਸਿੰਘ ਜੀ ਨੇ ਰਾਤ ਇਹ ਕਿਹਾ ਵੀ ਤੁਸੀਂ ਸਵੇਰੇ ਲਿਖ ਕੇ ਇਹ ਅਰਦਾਸ ਕਰਾਇਓ। ਅਤੇ ਉਹਨਾਂ ਨੇ ਫਿਰ ਸਾਨੂੰ ਜੀ ਉਹ ਲਿਖ ਕੇ ਦਿੱਤਾ ਪਰਚੀ ਦੇ ਉੱਪਰ ਵੀ ਜਸਨੀਤ ਕੌਰ ਹਨਾ ਵੀ ਮਤਲਬ ਵਾਪਸ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਫਿਰ ਅਸੀਂ ਸਵੇਰੇ ਉੱਥੇ ਅਰਦਾਸ ਕਰਵਾਈ ਅਤੇ ਵੀ ਫਿਰ ਸਾਡੇ ਮਨ ਨੂੰ ਸੰਤੁਸ਼ਟੀ ਹੋ ਗਈ ਹਨਾ, ਬਸ ਸਾਨੂੰ ਪੂਰਾ ਪੱਕਾ ਵਿਸ਼ਵਾਸ ਹੋ ਗਿਆ ਵੀ ਸਾਡੀ ਜਸਨੀਤ ਸਾਨੂੰ ਵਾਪਸ ਮਿਲ ਜੂਗੀ। ਉਸ ਤੋਂ ਬਾਅਦ ਹਨਾ ਅਸੀਂ ਮਤਲਬ ਅੰਮ੍ਰਿਤਸਰ ਚਲੇ ਗਏ, ਉੱਥੇ ਵੀ ਅਸੀਂ ਮਤਲਬ ਸੱਚਖੰਡ 'ਚ ਹਨਾ ਦਰਬਾਰ ਸਾਹਿਬ 'ਚ ਇਹੀ ਅਰਦਾਸ ਕਰਾਈ ਅਤੇ ਉੱਥੋਂ ਮੈਂ ਫਲ ਲਿਆ ਹਨਾ ਵੀ ਮੇਰੀ ਬੇਟੀ ਜਿਹੜੀ ਮੈਨੂੰ ਵਾਪਸ ਮਿਲ ਜੇ ਅਤੇ ਸਾਨੂੰ ਪੂਰਾ ਭਰੋਸਾ ਜੀ ਹਨਾ। ਅਤੇ ਸਾਲੋਂ ਅੰਦਰ ਹਨਾ ਵੀ ਜਸਨੀਤ ਮੈਨੂੰ ਮਤਲਬ ਉਹ ਹੋ ਗਿਆ। ਫਿਰ ਜਦ ਮੈਂ ਨਾ ਜਸਨੀਤ ਹੋਣ ਵਾਲੀ ਸੀ ਅਤੇ ਮੈਂ ਉਹਨੂੰ ਸੰਦੀਪ ਨੂੰ ਕਿਹਾ ਕਰਾਂ ਕਈ ਵਾਰ, ਮੈਂ ਕਿਹਾ ਜੇ ਮੈਂ ਸਾਰੇ ਕਿਹਾ ਕਰਨ ਹਨਾ ਜੇ ਸਾਨੂੰ ਜਦੋਂ ਅਸੀਂ ਅੰਮ੍ਰਿਤਸਰ ਜਾਂਦੇ ਸੀ ਬੱਸ ਦੇ ਵਿੱਚ ਰਸਤੇ 'ਚ ਇੱਕ ਆਂਟੀ ਮਿਲੇ, ਉਹ ਆਂਟੀ ਦੀ ਅਸੀਂ ਕਾਫੀ ਹੈਲਪ ਕਰੀ ਹਨਾ। ਫਿਰ ਆਂਟੀ ਪੁੱਛਣ ਲੱਗ ਗਈ, ਆਂਟੀ ਨੂੰ ਸਾਰੀ ਗੱਲ ਦੱਸੀ ਹਨਾ ਵੀ ਐਂ ਕਰਕੇ ਸਾਡੇ ਨਾਲ ਐਂ ਹੋ ਗਿਆ ਅਤੇ ਕਹਿੰਦੇ ਹੁਣ ਤੁਹਾਨੂੰ ਰੱਬ ਮੁੰਡਾ ਦੇਊਗਾ ਹਨਾ, ਹਰ ਕੋਈ ਸਾਨੂੰ ਐਂ ਕਹਿ ਦਿਆ ਕਰੇ। ਅਤੇ ਬਈ ਜਦ ਜਸਨੀਤ ਹੋਣ ਵਾਲੀ ਹਨਾ ਮੇਰੇ ਮਨ 'ਚ ਹੋ ਜਾ ਕਰੇ, ਮੈਂ ਸੰਦੀਪ ਨੂੰ ਕਿਹਾ ਮੈਂ ਕਿਹਾ ਜੇ ਹੁਣ ਮੁੰਡਾ ਹੋ ਗਿਆ ਅਤੇ ਫਿਰ ਆਪਣਾ ਮਨ ਖੜ ਜੂਗਾ। ਇਹ ਕਹਿੰਦੇ ਵੀ ਨਹੀਂ ਆਪਣੀ ਜਸਨੀਤ ਵਾਪਸ ਆਊ। ਮੈਂ ਕਿਹਾ ਹਾਂ, ਉੱਦਾਂ ਤਾਂ ਬਾਬਾ ਬਲਵਿੰਦਰ ਸਿੰਘ ਜੀ ਨੇ ਦੇਖ ਆਪਾਂ ਨੂੰ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਅਤੇ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਜਸਨੀਤ ਵਾਪਸ ਆਊ ਜੀ, ਫਿਰ ਕੀ ਹੋ ਗਿਆ ਵੀ ਆਪਣਾ ਮਨ ਤਾਂ ਟਿਕਣਾ ਨਹੀਂ ਹੈਗਾ। ਪਰ ਸਾਨੂੰ ਦੇਖੋ ਜੀ ਬਾਬਾ ਜੀ 'ਤੇ ਪੂਰਾ ਭਰੋਸਾ ਸੀਗਾ ਅਤੇ ਪਰ ਕਈ ਵਾਰ ਪ੍ਰੈਗਨੈਂਸੀ ਦੇ ਵਿੱਚ ਇਹੋ ਜਿਹੀ ਔਕੜ ਆਈ ਆ, ਮਤਲਬ ਡਾਕਟਰਨੀਆਂ ਨੇ ਵੀ ਇਹ ਕਹਿਤਾ ਸੀਗਾ ਵੀ ਕੋਈ ਹੁਣ ਹੈ ਨਹੀਂ ਗਾ, ਮਤਲਬ ਬਲੀਡਿੰਗ ਮੈਨੂੰ ਇੰਨੀ ਜ਼ਿਆਦਾ ਹੋਣ ਲੱਗ ਗਈ 1-2 ਵਾਰ ਤਾਂ, ਅਤੇ ਮਤਲਬ ਬੈੱਡ ਰੈਸਟ ਦੱਸਦੀ ਸੀਗੀ ਵੀ ਤੁਸੀਂ ਬਿਲਕੁਲ ਬੈੱਡ ਤੋਂ ਪੈਰ ਨਹੀਂ ਲਾਉਣਾ। ਦੇਖੋ ਘਰ ਕੋਈ ਕੰਮ ਕਰਨ ਵਾਲਾ ਨਹੀਂ ਸੀ ਹੈਗਾ, ਰਵਨੀਤ ਦਾ ਸਕੂਲ ਸੀ ਦੇਖੋ, ਉੱਥੇ ਮੇਰੇ ਮੰਮੀ ਵੀ ਨਹੀਂ ਸੀ ਪਿੰਡ ਵਾਲੇ ਆ ਸਕਦੇ, ਮੇਰੀ ਭਰਜਾਈ ਵੀ ਮਤਲਬ ਉਹਨਾਂ ਦੇ ਵੀ ਬੇਬੀ ਹੋਣਾ ਸੀ ਦੇਖੋ, ਫਿਰ ਉਹਨੂੰ ਛੱਡ ਕੇ ਹਨਾ। ਅਤੇ ਵੀ ਉਹੀ ਗੱਲ ਆ ਵੀ ਅਸੀਂ ਤਾਂ ਉਹਨਾਂ ਨੂੰ ਦੱਸਿਆ ਵੀ ਨਾ, ਮੇਰੀ ਮੰਮਾ ਨੂੰ ਮੈਂ ਦੱਸਿਆ ਨਾ ਹਨਾ ਵੀ ਸਾਨੂੰ ਡਾਕਟਰ ਨੇ ਜਮਾ ਇਹ ਕਹਿਤਾ। ਮੈਨੂੰ ਪਤਾ ਸੀ, ਮੈਂ ਕਿਹਾ ਵਿਚਾਰੀ ਇਹ ਵੀ ਫਸੀ ਹੋਈ ਆ ਹਨਾ ਵੀ। ਫਿਰ ਅਗਲਾ ਕਹਿੰਦਾ ਵੀ ਹੋਆ ਵੀ ਪਰ ਅਸੀਂ ਇੰਨਾ ਔਖਾ, ਮੈਂ ਉਵੇਂ ਹੌਲੀ ਹੌਲੀ ਕੰਮ ਕਰਦੀ ਰਹਾਂ, ਪਰ ਮੈਨੂੰ ਸੰਦੀਪ ਕਿਹਾ ਕਰਨ ਮੈਂ ਕਰ ਲੂੰ ਆਹ ਕੰਮ ਇਹੋ ਜਿਹੀ, ਮੈਂ ਰੋਟੀ ਰੋਟੀ ਤਾਂ ਹੁਣ ਮੈਂ ਬਣਾਉਣੀ ਸੀ, ਸਾਰਾ ਕੰਮ ਮੈਂ ਕਰਦੀ ਸੀ, ਪਰ ਮੈਂ ਇਹਨਾਂ ਨੂੰ ਕਹਿੰਦੀ ਵੀ ਤੁਹਾਨੂੰ ਬਾਬਾ ਜੀ ਦੀ ਕਹੀ ਗੱਲ ਯਾਦ ਆ ਨਾ ਵੀ ਆਪਾਂ ਨੂੰ ਭਰੋਸਾ ਰੱਖਣਾ ਪਊ, ਕੁਛ ਨਹੀਂ ਹੁੰਦਾ ਜਸਨੀਤ ਆਪਾਂ ਨੂੰ ਵਾਪਸ ਮਿਲੂਗੀ, ਤੁਸੀਂ ਭਰੋਸਾ ਬਣਾ ਕੇ ਰੱਖਿਓ। ਅਤੇ ਪਰ ਇਹ ਸੰਦੀਪ ਕਹਿੰਦੇ ਮੇਰਾ ਮਨ ਕਿਤੇ ਨਾ ਕਿਤੇ ਡਰ ਜਾਂਦਾ ਸੀਗਾ ਹਨਾ ਵੀ ਦੂਸਰਾ ਸਜੇਰੀਅਨ ਹੋਣਾ ਇੰਨਾ ਛੇਤੀ ਹੋਣਾ, ਪਰ ਮੈਨੂੰ ਪੂਰਾ ਭਰੋਸਾ ਸੀ ਜੀ, ਮੈਨੂੰ ਪੂਰਾ ਜ਼ਿਆਦਾ ਭਰੋਸਾ ਸੀ, ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ, ਕੋਈ ਮੈਨੂੰ ਸਜੇਰੀਅਨ ਦੀ ਦਿੱਕਤ ਨਹੀਂ ਆਈ ਹਨਾ। ਅਤੇ ਜਸਨੀਤ ਮਤਲਬ ਸਵਾ ਕੁ ਸਾਲ ਬਾਅਦ, ਡੇਢ ਸਾਲ ਹੋ ਗਿਆ ਸੀ ਜੀ ਸਾਡੀ ਹਨਾ ਗੋਦੀ 'ਚ, ਉਵੇਂ ਵਾਪਸ ਆ ਗਈ। ਵਾਹਿਗੁਰੂ ਨੇ ਸਾਡੀ ਇੰਨੀ ਵਧੀਆ ਸੁਣੀ ਅਤੇ ਅਸੀਂ ਡਿਪਰੈਸ਼ਨ 'ਚ, ਬਿਲਕੁਲ ਮੈਂ ਡਿਪਰੈਸ਼ਨ 'ਚ ਚਲੀ ਗਈ ਸੀਗੀ ਅਤੇ ਹੁਣ ਜਸਨੀਤ ਸਾਡੇ ਕੋਲੇ ਆ। ਅਤੇ ਮੈਂ ਕਹਿੰਦੀ ਹਾਂ ਵੀ ਜਿਵੇਂ ਵਾਹਿਗੁਰੂ ਨੇ ਸਾਡੀ ਸੁਣੀ ਆ ਹਨਾ, ਸਭ ਦੀ ਸੁਣੇ ਜੀ, ਮੈਂ ਤਾਂ ਉਹ ਕੁਛ ਦੇਖ ਲਿਆ ਹਨਾ ਵੀ ਘਰ ਦਾ ਜੀ ਖੋ ਕੇ, ਜਦ ਤਾਂ ਫਿਰ ਐਂ ਲੱਗਦਾ ਵੀ ਦੁਨੀਆ ਦੀ ਕੋਈ ਵੀ ਕੀਮਤੀ ਤੋਂ ਕੀਮਤੀ ਚੀਜ਼ ਜਿਹੜੀ ਆਪਣੇ ਕੋਲ ਹੈਗੀ ਆ, ਗੱਡੀਆਂ ਕਾਰਾਂ, ਜਦ ਆਪਾਂ ਕਿਸੇ ਦੀਆਂ ਵੱਡੀਆਂ ਗੱਡੀਆਂ ਦੇਖਦੇ ਅੱਗੇ ਹਨਾ, ਮੈਨੂੰ ਹੁੰਦਾ ਸੀ ਜੇ ਅਸੀਂ ਕਿਤੇ ਬਾਹਰ ਜਾਣਾ ਹਨਾ, ਮੈਂ ਕੋਈ ਹਨਾ ਕਾਫੀ ਵੱਡੀ ਗੱਡੀ ਦੇਖਣੀ ਹਨਾ ਕਿਸੇ ਦੀ, ਅਤੇ ਮੈਨੂੰ ਮੇਰੇ ਮਨ 'ਚ ਇਹ ਹੋ ਜਾਂਦਾ ਸੀ ਵੀ ਹਾਏ ਕਿੰਨੀ ਵਧੀਆ ਲਗਜ਼ਰੀ ਲਾਈਫ ਆ ਇਹਨਾਂ ਦੀ ਹਨਾ, ਵੀ ਇਹਨਾਂ ਨੂੰ ਕੀ ਘਾਟਾ ਹੋਊ ਇੰਨੀ ਵੱਡੀ ਗੱਡੀ ਹਨਾ, ਇੰਨਾ ਵਧੀਆ ਸਟੈਂਡਰਡ ਦਾ ਰਹਿਣ ਸਨ। ਪਰ ਜਦ ਮੇਰੀ ਜਸਨੀਤ ਹੋ ਗਈ ਸੀ, ਮੇਰੇ ਦਿਮਾਗ 'ਚੋਂ ਸਾਰਾ ਕੁਛ ਇਹ ਨਿਕਲ ਗਿਆ ਸੀ
ਮੈਂ ਕਹਿੰਦੀ ਸੀ ਵੀ ਆਪਦੇ ਘਰ ਦੇ ਜੀਆ ਤੋਂ ਬਿਨਾਂ ਕੁਛ ਨਹੀਂ ਹੈਗਾ, ਤੇ ਕੋਈ ਗੱਡੀਆਂ ਸਾਰਾ ਕੁਛ ਹੋਣਾ ਮਿੱਟੀ ਲੱਗਦਾ ਸੀ ਮੈਨੂੰ, ਕੁਛ ਵੀ ਚੰਗਾ ਨਹੀਂ ਸੀਗਾ ਲੱਗਦਾ, ਕੋਈ ਚੀਜ਼ ਦੁਨੀਆਂ ਦੇ ਰੰਗ ਤਮਾਸੇ ਕੋਈ ਵੀ ਚੰਗੇ ਨਹੀਂ ਸੀ ਲੱਗਦੇ। ਤੇ ਮੈਂ ਤਾਂ ਵਾਹਿਗੁਰੂ ਨੂੰ ਇਹੀ ਕਹਿਣੀ ਆ ਵੀ ਵਾਹਿਗੁਰੂ ਸਭ ਦੀ ਸੁਣੇ। ਦੇਖੋ ਹੋਰ ਗਰੀਬੀ ਅਮੀਰੀ ਹੈ ਨਾ, ਹੋਰ ਸਾਰਾ ਕੁਛ ਆਪਾਂ ਭੁੱਲ ਜਾਂਦੇ ਹਾਂ ਜੀ, ਸਾਰਾ ਕੁਛ ਆਪਾਂ ਕੱਟ ਲੈਂਦੇ ਹਾਂ, ਪਰ ਜਿਹੜੇ ਇਹੋ ਜਿਹੇ ਘਾਟੇ ਹੁੰਦੇ ਨੇ ਹਨਾ, ਉਹ ਬੰਦਾ ਕਦੇ ਨਹੀਂ ਭੁੱਲ ਸਕਦਾ ਜੀ, ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਹਨਾ ਇਹੋ ਜਿਹੀਆਂ ਚੀਜ਼ਾਂ ਵਿੱਚ ਦੀ ਨਿਕਲ ਕੇ। ਤੇ ਬਸ ਮੈਂ ਤਾਂ ਸਵੇਰੇ ਉੱਠ ਕੇ ਵੀ ਇਹੀ ਅਰਦਾਸ ਕਰਦੀ ਹੁੰਦੀ ਹਾਂ, ਸ਼ਾਮ ਨੂੰ ਵੀ। ਦੇਖੋ ਵਾਹਿਗੁਰੂ ਹਨਾ ਬੱਚੇ ਕਿਸੇ ਦੇ ਮਾਂ ਬਾਪ ਤੋਂ, ਉਹਨਾਂ ਦੇ ਬੱਚੇ ਦੂਰ ਨਾ ਹੋਣ, ਜਿੰਨੇ ਚਿਰ ਮਾਂ ਬਾਪ ਜਿਉਂਦਾ ਹਨਾ ਉਹਦੇ ਬੱਚੇ ਉਹਦੀਆਂ ਅੱਖਾਂ ਸਾਹਮਣੇ ਹੀ ਰਹਿਣੇ ਚਾਹੀਦੇ ਨੇ, ਤੇ ਬੱਚਿਆਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਮਾਂ ਬਾਪ ਰਹਿਣੇ ਚਾਹੀਦੇ ਨੇ ਹਨਾ, ਵੀ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਹਨਾ। ਤੇ ਇਹ ਚੀਜ਼ਾਂ ਦੀਆਂ ਜ਼ਰੂਰ ਬਖਸ਼ਿਸ਼ਾਂ ਕਰਿਓ ਜੀ, ਹੋਰ ਹਨਾ ਵਾਧੇ ਘਾਟੇ ਆਪਣੇ ਹਨਾ ਗਰੀਬੀ ਅਮੀਰੀ ਜਾਂ ਕਿਸੇ ਚੀਜ਼ 'ਚ ਘਾਟਾ ਹੋ ਗਿਆ ਵਾਧਾ ਹੋ ਗਿਆ ਉਹ ਆਪਾਂ ਸਾਰੇ ਜਰ ਲੈਂਦੇ ਹਾਂ, ਪਰ ਇਹੋ ਜਿਹੇ ਘਾਟੇ ਜਰਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ। ਤੇ ਆਹ ਜੀ ਆਹ ਸਟੋਰੀ ਮੈਂ ਹਨਾ ਅੱਜ ਸਿਰੇ ਲਾਈ ਹੈ ਜੀ, ਪਹਿਲਾਂ ਮੈਂ ਕਈ ਵਾਰ ਕੋਸ਼ਿਸ਼ ਕਰੀ ਮੈਥੋਂ ਜਿਹੜੀ ਪੂਰੀ ਨਹੀਂ ਹੁੰਦੀ, ਤੇ ਅੱਧ ਚੱਲ ਇਹ ਵੀਡੀਓ ਦਾ ਹੋ ਜਾਂਦਾ ਸੀ। ਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਧੰਨਵਾਦ ਜੀ ਸਾਰਿਆਂ ਦਾ।